ਵਾਹਿਗੁਰੂ ਜੀ, ਵਾਹਿਗੁਰੂ ਜੀ। ਗੁਰੂ ਸਾਜੀ, ਗੁਰੂ ਨਵਾਜੀ, ਗੁਰੂ ਘਰ ਨੂੰ ਮੰਨਣ ਵਾਲੀਆਂ ਸਾਰੀਆਂ ਸੰਗਤਾਂ ਦਾ ਇੱਕ ਵਾਰ ਫਿਰ ਸਾਡੇ ਚੈਨਲ ਦੇ ਟਰਬਨ ਟਰੈਵਲਰ 'ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਅਤੇ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਦੀ ਸ਼ੁਰੂਆਤ ਅਸੀਂ ਕਰ ਰਹੇ ਹਾਂ ਨਹਿਰ ਦੇ ਕੰਢੇ ਤੋਂ। ਗੁਰੂ ਸਾਹਿਬ ਜਿਸ ਵਕਤ ਗੜੀ ਤੋਂ ਕਤਲਗੜ੍ਹ ਸਾਹਿਬ ਅਤੇ ਕਤਲਗੜ੍ਹ ਸਾਹਿਬ ਤੋਂ ਫਿਰ ਤਾੜੀ ਸਾਹਿਬ ਹੁੰਦੇ ਹੋਏ ਅੱਗੇ ਨੂੰ ਜਾਂਦੇ ਨੇ, ਅਤੇ ਅੱਗੇ ਕਿਹੜੇ ਕਿਹੜੇ ਸਥਾਨਾਂ 'ਤੇ ਗਏ, ਉਹਦਾ ਵਿਓਰਾ ਕੀ ਸੀਗਾ, ਸਿਲਸਿਲਾ ਕੀ ਸੀਗਾ, ਉਹ ਸਾਰਾ ਆਪ ਜੀ ਨੂੰ ਦੱਸਾਂਗੇ। ਨਹਿਰ ਕ੍ਰੋਸ ਕਰਕੇ ਤੁਸੀਂ ਦੇਖ ਸਕਦੇ ਹੈਗੇ ਹੋ ਸਾਹਮਣੇ ਚਿੱਟੇ ਰੰਗ ਦਾ ਇੱਕ ਬਹੁਤ ਵੱਡਾ ਗੇਟ ਬਣਿਆ ਹੈਗਾ, ਅਤੇ ਉਹ ਗੇਟ ਕ੍ਰੋਸ ਕਰਕੇ ਫਿਰ ਅੱਗੇ ਇਹ ਸੇਮ ਰਸਤਾ ਜਿਹੜਾ ਹੈਗਾ ਇਹ ਜਾਂਦਾ ਹੈਗਾ ਗੁਰਦੁਆਰਾ ਸ਼੍ਰੀ ਚੰਦ ਸਾਹਿਬ ਜੀ ਨੂੰ। ਅਤੇ ਜਿਸ ਸੜਕ 'ਤੇ ਅਸੀਂ ਖਲੋਤੇ ਹੈਗੇ ਹਾਂ ਇਸ ਨੂੰ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਾਰਗ। ਅਤੇ ਚੱਲਦੇ ਹਾਂ ਆਪ ਜੀ ਨੂੰ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਉਂਦੇ ਹਾਂ ਅਤੇ ਇਤਿਹਾਸ ਵੀ ਦੱਸਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਵਾਵਾ ਰਮਜ਼ਾਂ ਤੇਰੀਆਂ, ਵਾਹਿਗੁਰੂ ਜੀ ਵਾਹਿਗੁਰੂ, ਵਾਵਾ ਰਮਜ਼ਾਂ ਤੇਰੀਆਂ ਵੇ ਬਾਬਾ ਵਾਵਾ ਰਮਜ਼ਾਂ ਤੇਰੀਆਂ ਵੇ, ਤੇਰੀ ਮਾਜ ਚੋਂ ਵੇ ਤੇਰੀ ਫਾਜ ਚੋਂ, ਵਾਹਿਗੁਰੂ ਜੀ ਵਾਹਿਗੁਰੂ, ਤੇਰੀ ਮਾਜ ਚੋਂ ਵੇ ਤੇਰੀ ਫਾਜ ਚੋਂ, ਬਾਬਾ ਨਹਿਰ ਤੋਂ ਸੱਜੇ ਸੜਕ ਆਪਣੇ ਆਪ ਮੁੜ ਜਾਂਦੀ ਹੈ ਅਤੇ ਸਾਹਮਣੇ ਤੁਸੀਂ ਦੇਖ ਰਹੇ ਹੈਗੇ ਹੋ ਸਾਇਆਦਾਰ ਘਨੇ ਬ੍ਰਿਕਸ਼ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਨੇ। ਬੜਾ ਹੀ ਸੁੰਦਰ ਸੋਹਣਾ ਜਿਹਾ ਮਾਹੌਲ ਇੱਥੇ ਹੈਗਾ ਗੁਰਦੁਆਰਾ ਸਾਹਿਬ ਤੋਂ ਜਿਸ ਵਕਤ ਪਹਿਲੇ ਜਿਹੜੀ ਸੜਕ ਹੈ ਉਸਦਾ, ਅਤੇ ਇੱਥੋਂ ਤਕਰੀਬਨ ਗੁਰਦੁਆਰਾ ਸਾਹਿਬ ਕੋਈ  3 ਮਿੰਟ ਦੂਰ ਨੇ ਜਿਹੜਾ ਕਿ ਸਾਨੂੰ GPS ਦੱਸ ਰਿਹਾ ਹੈਗਾ। ਪਿੰਡਾਂ ਦੇ ਅੰਦਰ ਇਹੀ ਹੁੰਦਾ ਹੈਗਾ ਕਿ ਪਿੰਡਾਂ ਦੇ ਜਿਹੜੇ ਸੜਕਾਂ ਜਿਹੜੀਆਂ ਨੇ ਪੰਜਾਬ ਦੀਆਂ ਖਾਸ ਤੌਰ 'ਤੇ ਉਹ ਬਹੁਤ ਸਾਫ਼ ਸੁਥਰੀਆਂ ਅਤੇ ਬਹੁਤ ਸੋਹਣੀਆਂ ਨੇ। ਥੋੜ੍ਹੇ ਬਹੁਤ ਗੱਡੇ ਗੁੱਡੇ ਹੁੰਦੇ ਨੇ, ਵੇਅਰ ਜਿਹਦੀ ਵਾਰੰਟੀ ਆਰ ਹੁੰਦੀ ਰਹਿੰਦੀ ਹੈਗੀ, ਮੈਂਟੇਨੈਂਸ ਚਲਦੀ ਰਹਿੰਦੀ ਹੈਗੀ, ਪਰ ਅਮੂਮਨ ਪੰਜਾਬ ਦੀ ਸੜਕਾਂ ਜਿਹੜੀਆਂ ਨੇ ਪਿੰਡਾਂ ਦੀਆਂ ਜਿਹੜੀ ਦੇਖੀਆਂ ਗਈਆਂ ਨੇ, ਹਾਈਵੇ ਤਾਂ ਚੰਗਾ ਹੈਗਾ ਹੀ ਹੈਗਾ ਲੇਕਿਨ ਪਿੰਡਾਂ ਦੀ ਸੜਕਾਂ ਵੀ ਸਾਫ਼ ਨਜ਼ਰ ਆਉਂਦੀਆਂ ਨੇ। ਦੂਰ ਸਾਨੂੰ ਗੁਰਦੁਆਰਾ ਸਾਹਿਬ ਇੱਥੋਂ ਨਜ਼ਰ ਆ ਰਿਹਾ ਹੈਗਾ, ਹੋ ਸਕਦਾ ਸ਼ਾਇਦ ਸਾਰੇ ਕੈਮਰੇ ਤੁਹਾਨੂੰ ਦਿਖਾ ਸਕਣ, ਅਤੇ ਚਿੱਟੇ ਰੰਗ ਦਾ ਗੁੰਬਦ ਗੁਰਦੁਆਰਾ ਸਾਹਿਬ ਦਾ ਸਾਹਮਣੇ ਸਾਨੂੰ ਗੁਰਦੁਆਰਾ ਸਾਹਿਬ ਦੇ ਸਾਫ਼ ਦਰਸ਼ਨ ਹੋ ਰਹੇ ਨੇ। ਇੱਕ ਬਹੁਤ ਵੱਡਾ ਸੋਹਣਾ ਗੁਰਦੁਆਰਾ ਸਾਹਿਬ, ਦੂਰੋਂ ਕੇਸਰੀ ਰੰਗ ਦਾ ਨਿਸ਼ਾਨ ਸਾਹਿਬ ਲਹਿਰਾਉਂਦਾ ਹੋਇਆ। ਇਸ ਗੇਟ ਤੋਂ ਅਸੀਂ ਅੰਦਰ ਜਾਵਾਂਗੇ ਅਤੇ ਸਾਹਮਣੇ ਗੁਰਦੁਆਰਾ ਸਾਹਿਬ ਜੀ ਦੇ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਅਤੇ ਦੱਸਾਂਗੇ ਇੱਥੇ ਦਾ ਸੰਪੂਰਨ ਇਤਿਹਾਸ। ਹੁਣ ਅਸੀਂ ਆਪ ਪੁੱਜੇ ਹੈਗੇ ਹਾਂ ਗੁਰਦੁਆਰਾ ਸ਼੍ਰੀ ਜੰਡ ਸਾਹਿਬ ਜੀ ਪਾਤਸ਼ਾਹੀ 10ਵੀਂ, ਜਿਹੜਾ ਚਮਕੌਰ ਸਾਹਿਬ ਤੋਂ ਤਕਰੀਬਨ 10-15 ਕਿਲੋਮੀਟਰ ਦੀ ਦੂਰੀ ਦੇ ਵਿੱਚ ਹੀ ਹੈਗਾ। ਅਤੇ ਇਹ ਸਥਾਨ ਬਹੁਤ ਹੀ ਸੋਹਣਾ ਬਣਿਆ ਹੋਇਆ ਹੈਗਾ, ਬੜਾ ਨੀਟ ਐਂਡ ਕਲੀਨ। ਕਮਰੇ ਵੀ ਸਾਨੂੰ ਇੱਥੇ ਨਜ਼ਰ ਆ ਰਹੇ ਨੇ, ਕਾਫੀ ਸਾਰੇ ਕਮਰੇ ਸੱਜੇ ਹੱਥ ਨੂੰ ਹੈਗੇ, ਅਤੇ ਨਾਲ ਹੀ ਇੱਥੇ ਲੰਗਰ ਹਾਲ ਵੀ ਸਾਨੂੰ ਨਜ਼ਰ ਆ ਰਿਹਾ ਹੈਗਾ। ਅਤੇ ਆਪਾਂ ਜੀ ਜੋਗ੍ਰਾਫੀ ਦੀ ਗੱਲ ਕਰੀਏ ਤਾਂ ਦਿੱਲੀ ਤੋਂ ਤਕਰੀਬਨ 295 ਕਿਲੋਮੀਟਰ ਦੀ ਦੂਰੀ 'ਤੇ ਸਥਾਨ ਹੈਗਾ, ਅਤੇ ਚੰਡੀਗੜ੍ਹ ਦਾ ਏਅਰਪੋਰਟ 55 ਕਿਲੋਮੀਟਰ ਹੈ, ਅਤੇ ਰੂਪਨਗਰ ਯਾਨੀ ਰੋਪੜ
ਦਾ ਜਿਹੜਾ ਰੇਲਵੇ ਸਟੇਸ਼ਨ ਹੈ ਉਹ ਤਕਰੀਬਨ ਇੱਥੋਂ 15 ਕਿਲੋਮੀਟਰ ਦੀ ਦੂਰੀ 'ਤੇ ਹੈ। ਅਤੇ ਜੇ ਤੁਸੀਂ ਬੱਸ ਸਟੈਂਡ ਯੂਜ਼ ਕਰਨਾ ਹੋਵੇ ਤਾਂ ਉਹ ਫਿਰ ਚਮਕੌਰ ਸਾਹਿਬ ਦਾ ਹੈ, ਉਹ 7 ਕਿਲੋਮੀਟਰ ਦੂਰ ਹੈ ਇੱਥੋਂ। ਅਤੇ ਵੈਸੇ ਲੋਕਲ ਟਰਾਂਸਪੋਰਟ ਮਿਲਦੀ ਹੋਣੀ ਜ਼ਰੂਰ ਇੱਥੋਂ ਆਉਣ ਵਾਸਤੇ, ਪਰ ਇਸ ਵਕਤ ਸਾਨੂੰ ਕੋਈ ਜ਼ਿਆਦਾ ਸੰਗਤ ਵੀ ਨਜ਼ਰ ਨਹੀਂ ਆ ਰਹੀ। ਗੁਰਦੁਆਰਾ ਸਾਹਿਬ ਕਿਉਂਕਿ ਥੋੜ੍ਹਾ ਅੰਦਰ ਦੀ ਤਰਫ ਹੈਗਾ, ਮੇਨ ਰੋਡ ਤੋਂ ਥੋੜ੍ਹਾ ਅੰਦਰ ਆਉਣਾ ਪੈਂਦਾ ਆਪ ਵੀ ਨੂੰ ਥੋੜ੍ਹਾ ਸਫ਼ਰ ਤੈਅ ਕਰਕੇ, ਅਤੇ ਸੰਗਤਾਂ ਆਉਂਦੀਆਂ ਜ਼ਰੂਰ ਹੋਣਗੀਆਂ। ਪਰ ਗੁਰਦੁਆਰਾ ਸਾਹਿਬ ਜਿੰਨਾ ਸੋਹਣਾ ਬਣਿਆ ਹੈਗਾ ਦੈਟ ਇਜ਼ ਬਿਯੋਂਡ ਆਵਰ ਐਕਸਪੈਕਟੇਸ਼ਨ। ਅਤੇ ਅੰਦਰ ਚੱਲ ਕੇ ਜਿਹੜਾ ਮੇਨ ਦਰਬਾਰ ਹਾਲ ਹੈ ਉਹਦੇ ਵੀ ਆਪ ਜੀ ਨੂੰ ਦਰਸ਼ਨ ਕਰਾਉਂਦੇ ਹਾਂ, ਮੱਥਾ ਟਿਕਾਉਂਦੇ ਹਾਂ, ਅਤੇ ਫਿਰ ਉਪਰੰਤ ਆਪ ਜੀ ਨਾਲ ਸਾਰਾ ਇਤਿਹਾਸ ਵੀ ਸਾਂਝਾ ਕਰਾਂਗੇ। ਆਓ ਚਲੋ ਤੁਸੀਂ ਸਾਡੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ, ਸਾਧੂ ਜਨ ਰਾਮ ਰਸਨ ਵਖਾਣੀ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ, ਸਾਧੂ ਜਨ ਰਾਮ ਰਸਨ ਵਖਾਣੀ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, 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 ਗੋਬਿੰਦ ਕੀ ਜੈ ਤੇ ਗੰ ਖਗ ਖੰਡ ਬੇਹੰਡੰ ਖਲਦਲ ਖੰਡੰ ਅਤਰਣ ਮੰਡੰ ਬਰਬੰਡੰ, ਖਗ ਖੰਡ ਬੇਹੰਡੰ ਖਲਦਲ ਖੰਡੰ ਅਤਰਣ ਮੰਡੰ ਬਰਬੰਡੰ, ਜੈ ਤੇ ਜੈ 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 ਤੇ ਜੈ ਤੇ ਜੈ 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 ਤੇ ਜੈ ਤੇ ਗੰ ਕੁਝ ਦੰਡ ਅਖੰਡੰ ਤੇਜ ਪ੍ਰਚੰਡੰ ਜੋਤੇ ਅਮੰਡੰ ਪਾਨ ਪ੍ਰਭੰ, ਕੁਝ ਦੰਡ ਅਖੰਡੰ ਤੇਜ ਪ੍ਰਚੰਡੰ ਜੋਤੇ ਅਮੰਡੰ ਪਾਨ ਪ੍ਰਭੰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਨੇ ਇੱਥੇ ਦੇ ਗ੍ਰੰਥੀ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ, ਜਿਹੜੇ ਆਪ ਜੀ ਨੂੰ ਉੱਥੇ ਦਾ ਸੰਪੂਰਨ ਇਤਿਹਾਸ ਗੁਰੂ ਸਾਹਿਬ ਦਾ ਦੱਸਣਗੇ ਕਿ ਗੁਰੂ ਸਾਹਿਬ ਕਦੋਂ ਕਿਸ ਵਕਤ ਅਤੇ ਕਿਸ ਤਰੀਕੇ ਨਾਲ ਇੱਥੇ ਆਏ ਅਤੇ ਇੱਥੇ ਕੀ ਵਾਪਰਿਆ। ਭਾਈ ਸਾਹਿਬ ਜੀ, ਆਪ ਜੀ ਦਾ ਬਹੁਤ ਬਹੁਤ ਸਵਾਗਤ ਸਾਡੇ ਚੈਨਲ ਦੇ ਉੱਤੇ। ਧੰਨਵਾਦ ਜੀ। ਇਤਿਹਾਸ ਵਿੱਚ ਜਿਸ ਤਰ੍ਹਾਂ ਲਿਖਿਆ ਹੋਇਆ ਹੈਗਾ ਕਿ ਗੁਰੂ ਸਾਹਿਬ ਚਮਕੌਰ ਸਾਹਿਬ ਦੀ ਜਿਸ ਵਕਤ ਗੜੀ ਉਹਨਾਂ ਨੇ ਛੱਡੀ ਜੀ, ਉਪਰੰਤ ਫਿਰ ਉਹ ਗੁਰਦੁਆਰਾ ਤਾੜੀ ਸਾਹਿਬ ਗਏ। ਹਾਂਜੀ। ਅਤੇ ਤਾੜੀ ਸਾਹਿਬ ਤੋਂ ਬਾਅਦ ਫਿਰ ਜ਼ਿਕਰ ਆਉਂਦਾ ਹੈ ਅੱਗੇ ਜਾਣ ਦਾ। ਹਾਂਜੀ। ਅਤੇ ਗੁਰੂ ਸਾਹਿਬ ਜਿਸ ਵਕਤ ਅੱਗੇ ਨਿਕਲੇ ਅਤੇ ਫਿਰ ਉਹ ਕਿਹੜੇ ਕਿਹੜੇ ਸਥਾਨਾਂ 'ਤੇ ਹੋ ਕੇ ਗੁਜ਼ਰੇ ਅਤੇ ਇੱਥੇ ਕਦੋਂ ਆਏ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਿੱਖ ਪੰਥ ਦੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਸਾਹਿਬ ਤੋਂ ਧਰਮ ਯੁੱਧ ਲੜਨ ਉਪਰੰਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤਾੜੀ ਸਾਹਿਬ ਤੋਂ ਮਾਛੀਵਾੜੇ ਦੇ ਜੰਗਲਾਂ ਦੇ ਲਈ ਰਵਾਨਾ ਹੁੰਦੇ ਹਨ ਜੀ। ਸਤਿਗੁਰ ਸੱਚੇ ਪਾਤਸ਼ਾਹ ਜੀ ਚਮਕੌਰ ਸਾਹਿਬ ਤੋਂ ਪਿੰਡ ਰਾਏਪੁਰ, ਜਿੱਥੇ ਕਿ ਬੀਬੀ ਸ਼ਰਨ ਕੌਰ ਜੀ ਉਹ ਰਹਿੰਦੇ ਹਨ, ਉਹਨਾਂ ਦੇ ਕੋਲ ਸਤਿਗੁਰ ਸੱਚੇ ਪਾਤਸ਼ਾਹ ਆਉਂਦੇ ਹਨ ਉਹਨਾਂ ਦੇ ਘਰ ਵਿਖੇ। ਅੱਛਾ, ਇੱਕ ਸੈਕਿੰਡ, ਮੈਂ ਇੱਥੇ ਤੁਹਾਨੂੰ ਥੋੜ੍ਹਾ ਜਿਹਾ, ਹਾਂਜੀ, ਮੈਂ ਟੋਕਾਂਗਾ, ਮਾਫ਼ ਕਰਾਂਗਾ, ਮਾਫ਼ ਕਰਿਓ। ਹਾਂਜੀ। ਗੁਰੂ ਸਾਹਿਬ ਜੀ ਜਿਸ ਵਕਤ ਤਾੜੀ ਸਾਹਿਬ ਗੁਰਦੁਆਰੇ ਤੋਂ ਨਿਕਲੇ, ਹਾਂਜੀ, ਉਸ ਵਕਤ ਪੋਹ ਦਾ ਕਿਹੜਾ ਕਿਹੜੀ ਤਰੀਕ ਸੀਗੀ? ਉਹ ਤਕਰੀਬਨ ਸੱਤ ਪੋਹ ਦੇ ਕਰੀਬ ਸੀ। ਹਾਂਜੀ। ਜਿੱਥੇ ਆਪਣਾ ਗੁਰਦੁਆਰਾ ਕਤਲਗੜ੍ਹ ਸਾਹਿਬ, ਕਤਲਗੜ੍ਹ ਸਾਹਿਬ, ਜਿੱਥੇ ਬੀਬੀ ਸ਼ਰਨ ਕੌਰ ਜੀ ਨੇ ਵੱਡੇ ਸਾਹਿਬਜ਼ਾਦਿਆਂ ਦਾ ਅਤੇ ਹੋਰ ਸਿੰਘਾਂ ਦਾ ਜਿਹੜਾ ਸੰਸਕਾਰ ਕੀਤਾ ਸੀਗਾ, ਹਾਂਜੀ, ਉਹ ਕਦੋਂ ਹੋਇਆ? ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਮਾਛੀਵਾੜੇ ਦੇ ਜੰਗਲਾਂ ਦੇ ਵੱਲ ਨੂੰ ਨਿਕਲਦੇ ਆ, ਹਾਂ, ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਤਾੜੀ ਸਾਹਿਬ ਤੋਂ ਬਾਅਦ ਗਰੀਬ ਨਵਾਜ ਸਭ ਤੋਂ ਪਹਿਲਾਂ ਪਿੰਡ ਰਾਏਪੁਰ ਆਉਂਦੇ ਆ। ਹਾਂਜੀ। ਉਸ ਅਸਥਾਨ 'ਤੇ ਬੀਬੀ ਸ਼ਰਨ ਕੌਰ ਜੀ ਉਹਨਾਂ ਦਾ ਗਰਹਿ ਸੀ। ਸਤਿਗੁਰ ਸੱਚੇ ਪਾਤਸ਼ਾਹ ਬੀਬੀ ਸ਼ਰਨ ਕੌਰ ਜੀ ਮਿਲਦੇ ਹਨ ਜਦੋਂ ਮਹਾਰਾਜ ਦੇ ਘਰ ਵਿਖੇ ਜਾਂਦੇ ਆ ਅਤੇ ਗੁਰੂ ਮਹਾਰਾਜ ਨੂੰ ਨਮਸਕਾਰ ਕਰਦੇ ਆ ਅਤੇ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਕਹਿੰਦੇ ਆ ਕਿ ਭਾਈ ਕਿਸੇ ਸਮੇਂ ਤੁਸੀਂ ਸੇਵਾ ਮੰਗੀ ਸੀ ਅਤੇ ਅਸੀਂ ਤੁਹਾਨੂੰ ਸੇਵਾ ਬਖਸ਼ਿਸ਼ ਕਰਨ ਵਾਸਤੇ ਹਾਂ। ਕਿਸੇ ਸਮੇਂ ਬੀਬੀ ਸ਼ਰਨ ਕੌਰ ਜੀ ਅਨੰਦਪੁਰ ਸਾਹਿਬ ਵਿਖੇ ਅਰਦਾਸ ਹੱਥ ਜੋੜ ਕੇ ਬੇਨਤੀ ਕੀਤੀ ਸੀ, ਮਹਾਰਾਜ ਸਾਨੂੰ ਵੀ ਸੇਵਾ ਬਖਸ਼ ਦਿਓ ਕੋਈ। ਵਾਹਿਗੁਰੂ। ਉਦੋਂ ਗਰੀਬ ਨਵਾਜ ਜੀ ਨੇ ਵਚਨ ਕੀਤਾ, ਬੇਟਾ ਕੋਈ ਸਮਾਂ ਆਵੇਗਾ ਅਸੀਂ ਤੁਹਾਡੇ ਘਰ ਜਾ ਕੇ ਤੁਹਾਡੇ ਕੋਲੋਂ ਬੜੀ ਮਹਾਨ ਸੇਵਾ ਲਵਾਂਗੇ। ਅਤੇ ਗਰੀਬ ਨਵਾਜ ਜੀ ਨੇ ਉਹਨਾਂ ਨੂੰ ਉਹ ਸਮਾਂ ਅਤੇ ਉਹ ਵਚਨ ਯਾਦ ਕਰਾਏ ਅਤੇ ਬੀਬੀ ਸ਼ਰਨ ਕੌਰ ਜੀ ਨੇ ਸੀਸ ਨਿਭਾਇਆ ਅਤੇ ਸਤਿਗੁਰਾਂ ਨੇ ਜਦੋਂ ਇਹ ਵਚਨ ਕੀਤੇ ਤਾਂ ਬੀਬੀ ਸ਼ਰਨ ਕੌਰ ਜੀ ਕਹਿਣ ਲੱਗੇ, ਮਹਾਰਾਜ ਹੁਕਮ ਕਰੋ ਅੱਜ ਕੀ ਸੇਵਾ ਲੈਣੀ ਹੈ ਮੇਰੇ ਪਿਤਾ ਜੀ ਨੇ। ਕਲੰਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਬੇਟਾ ਜਿਹੜੇ ਸਿੰਘ ਸਾਹਿਬਜ਼ਾਦੇ ਧਰਮ ਯੁੱਧ ਦੇ ਵਿੱਚ ਸ਼ਹੀਦ ਹੋਏ ਹਨ ਉਹਨਾਂ ਦੇ ਸਰੀਰਾਂ ਦੀ ਜੋ ਸੰਭਾਲ ਹੈ ਉਹ ਤੁਸੀਂ ਕਰਨੀ ਹੈ। ਹੁਣ ਇਹ ਚੀਜ਼ ਕਲੀਅਰ ਹੋ ਗਈ ਕਿ ਕਾਫੀ ਸੰਗਤਾਂ ਨੂੰ ਵੀ ਨਹੀਂ ਕਲੀਅਰ ਸੀ, ਮੈਨੂੰ ਵੀ ਨਹੀਂ ਕਲੀਅਰ ਸੀਗਾ ਇਹ ਬਾਰੇ 'ਚ ਕਿ ਮਹਾਰਾਜ ਪਹਿਲੇ ਉੱਥੋਂ ਤਾੜੀ ਸਾਹਿਬ ਤੋਂ ਪਹਿਲੇ ਉੱਥੇ ਗਏ, ਬੀਬੀ ਸ਼ਰਨ ਜੀ ਕੋਲ ਗਏ, ਹਾਂਜੀ, ਅਤੇ ਉੱਥੇ ਉਹਨਾਂ ਨੂੰ ਸੇਵਾ ਬਖਸ਼ੀ, ਹਾਂਜੀ, ਉਪਰੰਤ ਉਹਨਾਂ ਨੇ ਸੰਸਕਾਰ ਕੀਤਾ, ਹਾਂਜੀ, ਉਪਰੰਤ, ਅਤੇ ਉਸਦੇ ਬਾਅਦ ਉੱਥੋਂ ਫਿਰ ਇੱਥੇ ਆਏ। ਹਾਂਜੀ। ਅਤੇ ਰੂਟ ਜਿਹੜਾ ਉਹਨਾਂ ਦਾ ਬਣਿਆ ਫਿਰ ਤਾੜੀ ਸਾਹਿਬ ਤੋਂ ਉਹਨਾਂ ਦਾ ਘਰ ਬਣਿਆ, ਪਹਿਲਾਂ ਘਰ ਬਣਿਆ ਜੀ, ਪਹਿਲਾ ਪੜਾਅ ਜੋ ਪਹਿਲਾ ਪੜਾਅ ਜਿਹੜਾ ਸੀ ਉਹਨਾਂ ਦਾ ਘਰ ਵਿੱਚ। ਉੱਥੇ ਕੀ ਨਾਂ ਪਿੰਡ ਦਾ ਤੁਸੀਂ ਦੱਸਿਆ? ਰਾਏਪੁਰ ਜੀ। ਰਾਏਪੁਰ ਜੀ, ਸਥਾਨ ਵੀ ਹੈ ਬਣਿਆ ਹੋਇਆ, ਇੱਥੇ ਨੇੜੇ ਹੀ ਇੱਥੋਂ? ਹਾਂ, ਨੇੜੇ ਹੀ ਹੈ ਜੀ। ਅੱਛਾ, ਆਪ ਜੀ ਨੂੰ ਅਸੀਂ ਉੱਥੇ ਵੀ ਲੈ ਕੇ ਚੱਲਾਂਗੇ, ਇਤਿਹਾਸ ਦੀ ਜਾਣਕਾਰੀ ਇੱਥੇ ਸਾਨੂੰ ਮਿਲੀ ਅਤੇ ਸੀਰੀਅਲ ਦੇ ਹਿਸਾਬ ਨਾਲ ਲਿੰਕ ਦੇ ਹਿਸਾਬ ਨਾਲ ਵੇਖੀਏ ਅਤੇ ਗੁਰੂ ਸਾਹਿਬ ਪਹਿਲੇ ਉੱਥੇ ਗਏ ਸੀ ਅਤੇ ਉਸ ਥਾਂ ਦੇ ਵੀ ਆਪ ਜੀ ਨੂੰ ਦਰਸ਼ਨ ਕਰਾਵਾਂਗੇ। ਅਤੇ ਇੱਥੋਂ ਜਿਸ ਵਕਤ ਗੁਰੂ ਸਾਹਿਬ ਆਏ ਅਤੇ ਫਿਰ ਇੱਥੇ ਕੀ ਘਟਿਆ? ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇਸ ਅਸਥਾਨ 'ਤੇ ਆਉਂਦੇ ਆ ਜੀ ਤਾਂ ਜੰਡ ਸਾਹਿਬ ਦਾ ਜੋ ਆਪ ਜੀ ਨੇ ਦਰੱਖਤ ਦੇ ਦਰਸ਼ਨ ਕੀਤੇ ਆ ਜੀ, ਸਤਿਗੁਰੂ
ਇਸ ਦਰਖਤ ਦੇ ਕੋਲ ਆ ਕੇ ਬੈਠਦੇ ਆ, ਮਹਾਰਾਜ ਨੂੰ ਆਰਾਮ ਕੀਤਾ। ਅੱਛਾ, ਠੀਕ ਆ, ਆਰਾਮ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਨੇ, ਅੰਮ੍ਰਿਤ ਵੇਲਾ ਸੀ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਆਏ, ਅਤੇ ਗਰੀਬ ਨਿਵਾਸ ਜੀ ਨੇ ਪਰ ਬ੍ਰਹਮ ਪਰਮੇਸ਼ਰ ਜੀ ਦਾ ਸ਼ੁਕਰ ਕੀਤਾ, ਗੁਰਬਾਣੀ ਦੇ ਅਨੁਸਾਰ ਅੰਮ੍ਰਿਤ ਬਾਣੀ ਦਾ ਜਾਪ ਕੀਤਾ, ਅਤੇ ਗਰੀਬ ਨਿਵਾਸ ਤਕਰੀਬਨ ਉਹ ਸਾਰੀ ਦਿਹਾੜੀ ਇੱਥੇ ਰਹੇ, ਕਿਉਂਕਿ ਇਹ ਜੋ ਇਲਾਕਾ ਸਾਰਾ ਇਹ ਬੀੜ ਦਾ ਸੀ। ਅੱਛਾ, ਬੀੜ ਮਤਲਬ ਜੰਗਲ? ਜੰਗਲ ਸੀ ਜੀ। ਠੀਕ ਹੈ, ਅਤੇ ਬੀੜ ਦਾ ਇਲਾਕਾ ਸੀ, ਅਤੇ ਅਲਫੂ ਅਤੇ ਗਾਮੂ ਨਾਂ ਦੇ ਦੋ ਗੁੱਜਰ ਸੀ। ਅੱਛਾ, ਜਿਹੜੇ ਕਿ ਪਸ਼ੂ ਚਾਰਦੇ ਹੁੰਦੇ ਸੀ, ਨਾਲ ਕੀੜੀ ਫਗਾਨਾ ਪਿੰਡ ਉੱਥੇ ਦੇ ਸੀ। ਜਦੋਂ ਉਹ ਆਪਣੇ ਪਸ਼ੂ ਲੈ ਕੇ ਇੱਥੇ ਆਏ ਆ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਜੰਡ ਸਾਹਿਬ ਦੇ ਹੇਠਾਂ ਬਿਰਾਜਮਾਨ ਹੈ, ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਦੇਖਿਆ ਵੀ ਇਹ ਤਾਂ ਸਿੱਖਾਂ ਦੇ ਗੁਰੂ ਆ, ਅਤੇ ਜਦੋਂ ਦੇਖਿਆ ਸਿੱਖਾਂ ਦੇ ਗੁਰੂ ਹੈ, ਉਹਨਾਂ ਨੂੰ ਪਤਾ ਸੀ ਕਿ ਚਮਕੌਰ ਦੇ ਵਿੱਚ ਵੱਡਾ ਭਾਰੀ ਜੰਗ ਹੋਇਆ, ਉਹਨਾਂ ਨੇ ਸਤਿਗੁਰਾਂ ਨੂੰ ਦੇਖ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਅੱਛਾ, ਗਰੀਬ ਨਿਵਾਸ ਨੇ ਕਿਹਾ ਬੇਟਾ ਆਪਣਾ ਕੰਮ ਕਰੋ, ਸਾਡੇ ਕੰਮ 'ਚ ਕੋਈ ਤੁਸੀਂ ਦਖਲ ਨਾ ਦਿਓ, ਜੋ ਤੁਸੀਂ ਕੰਮ ਕਰਨ ਵਾਸਤੇ ਆ ਕਰੋ। ਅਤੇ ਜਦੋਂ ਰੌਲਾ ਪਾਉਣਾ ਸ਼ੁਰੂ ਕਰਤਾ, ਮਹਾਰਾਜ ਕਹਿਣ ਲੱਗੇ ਚਾਹੁੰਦੇ ਕੀ ਆ? ਕਹਿੰਦੇ ਅਸੀਂ ਨਾਮ ਚਾਹੁੰਦੇ, ਤੁਹਾਨੂੰ ਫੜਾ ਕੇ ਅਸੀਂ ਨਾਮ ਲੈਣਾ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਜੋ ਨਾਮ ਤੂੰ ਸਾਨੂੰ ਫੜਾ ਕੇ ਨਾ, ਅਸੀਂ ਤੁਹਾਨੂੰ ਨਾਮ ਦੇ ਦਿੰਦੇ ਹਾਂ, ਅਸੀਂ ਤੁਹਾਨੂੰ ਨਾਮ ਦਿੰਦੇ ਹਾਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਪੰਜ ਪੰਜ ਮੋਹਰਾਂ ਦੋਨਾਂ ਨੂੰ ਦਿੱਤੀ। ਅੱਛਾ, ਬਖਸ਼ਿਸ਼ ਕਰੀਆਂ। ਅਤੇ ਜਦੋਂ ਫਿਰ ਉਹਨਾਂ ਦਾ ਲਾਲਚ ਵੱਧਦਾ ਗਿਆ, ਉਹ ਫਿਰ ਰੌਲਾ ਪਾਉਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਕਹਿ ਕੇ, ਅਸੀਂ ਤਾਂ ਫੜਾ ਕੇ ਤੁਹਾਨੂੰ ਨਾਮ ਲਵਾਂਗੇ, ਸਿੱਖਾਂ ਦਾ ਗੁਰੂ, ਸਿੱਖਾਂ ਦਾ ਗੁਰੂ ਇੱਥੇ ਫਿਰਦਾ। ਜਦੋਂ ਰਾਮ ਰੌਲਾ ਪਾਉਣ ਲੱਗੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਦੋਨਾਂ ਨੂੰ ਸੋਧ ਦਿੱਤਾ। ਅੱਛਾ, ਹਾਂਜੀ, ਦੋਨਾਂ ਨੂੰ ਸੋਧ ਦਿੱਤਾ, ਅਲਫੂ ਅਤੇ ਗਮ ਨੂੰ, ਅਤੇ ਗਰੀਬ ਨਿਵਾਸ ਫਿਰ ਉਹਨਾਂ ਨੂੰ ਸੋਧ ਕੇ ਫਿਰ ਇੱਥੋਂ ਸਤਿਗੁਰ ਸੱਚੇ ਪਾਤਸ਼ਾਹ ਬਹਿਲੋਲਪੁਰ ਦੇ ਵਿੱਚ ਪਹੁੰਚਦੇ ਆ। ਅੱਛਾ, ਐਸਾ ਵੀ ਕੋਈ ਇਤਿਹਾਸ ਜ਼ਿਕਰ ਆਉਂਦਾ? ਕਿੱਥੇ ਲਿਖਿਆ ਹੈਗਾ, ਮੈਂ ਕਿਸੇ ਪੁਸਤਕ ਵਿੱਚ ਪੜ੍ਹ ਰਿਹਾ ਸੀਗਾ ਕਿ ਉਹਨਾਂ ਨੇ ਹੱਥ ਨਾਲ ਉਹਨਾਂ ਵਾਰ ਕੀਤਾ, ਅਤੇ ਜਾਂ ਕਈ ਜਗ੍ਹਾ 'ਤੇ ਲਿਖਿਆ ਕਿ ਤਲਵਾਰ ਨਾਲ ਵਾਰ ਕੀਤਾ ਸੀਗਾ, ਕਿਉਂਕਿ ਗੁਰੂ ਸਾਹਿਬ ਜੀ ਕੋਲ ਸ੍ਰੀ ਸਾਹਿਬ ਸੀ ਜੀ। ਅੱਛਾ, ਹਾਂਜੀ, ਦਸਵੇਂ ਪਾਤਸ਼ਾਹ ਕੋਲ ਇੱਕ ਸ੍ਰੀ ਸਾਹਿਬ ਸੀ ਜੀ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਕਲੰਗੀ ਤੋੜਾ ਉਹ ਚਮਕੌਰ ਸਾਹਿਬ ਦੇ ਵਿੱਚ ਭਾਈ ਜੀਵਨ ਸਿੰਘ ਜੀ, ਬਾਬਾ ਸੰਗਤ ਸਿੰਘ ਉਹਨਾਂ ਨੂੰ ਭੇਟ ਕਰਿਆ, ਅਤੇ ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਸੀਸ 'ਤੇ ਸਜਾ ਕੇ ਆਏ, ਅਤੇ ਮਹਾਰਾਜ ਕੋਈ ਹੱਥ ਵਿੱਚ ਸ੍ਰੀ ਸਾਹਿਬ ਸੀ। ਸ੍ਰੀ ਸਾਹਿਬ ਮਤਲਬ ਪੂਰੀ ਵੱਡੀ ਤਲਵਾਰ, ਸ੍ਰੀ ਸਾਹਿਬ ਵੱਡਾ ਸ੍ਰੀ ਸਾਹਿਬ। ਅੱਛਾ, ਵੱਡੀ ਸ੍ਰੀ, ਹਾਂ, ਵੱਡਾ ਸ੍ਰੀ ਸਾਹਿਬ ਸੀ ਗੁਰੂ ਸਾਹਿਬ ਕੋਲ। ਅਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਬਹਿਲੋਲਪੁਰ ਪਹੁੰਚੇ। ਅੱਛਾ, ਕਿਸੇ ਸਮੇਂ 'ਤੇ ਜੋ ਬਹਿਲੋਲਪੁਰ ਦਾ ਰਹਿਣ ਵਾਲਾ ਵਿਅਕਤੀ ਸੀ ਉਹ ਅਨੰਦਪੁਰ ਸਾਹਿਬ ਜਾਂਦੇ ਹੁੰਦੇ ਸੀ, ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ, ਗੁਰੂ ਸਾਹਿਬ ਸਾਡੇ ਘਰ ਆਇਓ। ਉਹ ਸਮੇਂ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਦੀਆਂ ਲਾਈਨਾਂ ਲੱਗਦੀਆਂ ਸੀ, ਉਹ ਸਮੇਂ ਸਤਿਗੁਰਾਂ ਨੂੰ ਬੇਨਤੀ ਕੀਤੀ ਆ, ਅਤੇ ਮਹਾਰਾਜ ਸਾਡੇ ਘਰ ਆਇਓ, ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਹਿਜ ਸੁਭਾਅ ਵਚਨ ਕੀਤੇ, ਭਾਈ ਅਸੀਂ ਆਵਾਂਗੇ, ਤੁਹਾਡਾ ਵਚਨ ਪ੍ਰਵਾਨ ਕਰਾਂਗੇ, ਪਰ ਤੁਸੀਂ ਸਾਨੂੰ ਪਹਿਚਾਣਨਾ ਨਹੀਂ। ਅੱਛਾ, ਹਾਂਜੀ, ਤੁਸੀਂ ਸਾਨੂੰ ਪਹਿਚਾਣਨਾ ਨਹੀਂ ਹੈਗਾ, ਅਸੀਂ ਆਵਾਂਗੇ ਜ਼ਰੂਰ। ਅਤੇ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਥੋਂ ਬਹਿਲੋਲਪੁਰ ਗਏ ਆ, ਉੱਥੋਂ ਦੱਸਿਆ ਜਾਂਦਾ ਕਿ ਅੰਮ੍ਰਿਤ ਵੇਲਾ ਸੀ, ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬਹਿਲੋਲਪੁਰ ਜਾਂਦੇ ਆ ਤਾਂ ਫਿਰ ਉਹਨਾਂ ਜੋ ਨੌਕਰ ਆ ਜਿਨ੍ਹਾਂ ਦਾ ਨਾਮ ਜੀਵਣਾ ਲਿਖਿਆ ਵਾ, ਅਤੇ ਦਰਵਾਜ਼ਾ ਖੜਕਾਇਆ ਜਾਂਦਾ ਅਤੇ ਨੌਕਰ ਦਰਵਾਜ਼ਾ ਖੋਲ੍ਹਦਾ, ਅਤੇ ਉਹ ਗੁਰੂ ਮਹਾਰਾਜ ਨੂੰ ਡਿਊਟੀ ਦੇ ਵਿੱਚ ਬਿਠਾ ਲੈਂਦਾ, ਮਹਾਰਾਜ ਇੱਥੇ ਆ ਕੇ ਤੁਸੀਂ ਸਾਡੇ ਕੋਲ ਬੈਠੋ। ਅੱਛਾ, ਅਤੇ ਉਹ ਮਹਾਰਾਜ ਨੂੰ ਪਛਾਣ ਲੈਂਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆ, ਅਤੇ ਮਹਾਰਾਜ ਕਹਿਣ ਲੱਗੇ ਵੀ ਕਿੱਥੇ ਤੁਹਾਡਾ ਸੇਠ, ਅਸੀਂ ਉਹਨੂੰ ਮਿਲਣਾ ਚਾਹੁੰਦੇ ਹਾਂ।
ਅਤੇ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਜੀ ਮੈਂ ਬੁਲਾ ਲਿਆ ਉਹਨਾਂ, ਅੱਜ ਗੁਰੂ ਸਾਹਿਬ ਆਪ ਸਾਡੇ ਘਰ ਆਏ, ਇਹਦੇ ਉੱਪਰ ਖੁਸ਼ੀ ਹੋਰ ਕੀ ਹੋ ਸਕਦੀ ਹੈ। ਅਤੇ ਜਦੋਂ ਚੁਬਾਰੇ ਦੇ ਉੱਤੇ ਬੁਲਾਉਣ ਗਿਆ, ਜਾ ਕੇ ਉਹਨੇ ਦੱਸਿਆ ਕਿ ਸੇਠ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਵਾਲੇ ਗੁਰੂ ਆਏ ਆ ਅਤੇ ਤੁਹਾਨੂੰ ਮਿਲਣਾ ਚਾਹੁੰਦੇ ਆ ਇੱਥੋਂ। ਉਹ ਬੜਾ ਹੀ ਹੰਕਾਰ ਭਰੇ ਲਹਿਜੇ ਵਿੱਚ ਬੋਲਿਆ, ਕਹਿਣ ਲੱਗਿਆ ਕਿ ਆਪ ਤਾਂ ਉੱਜੜੇ ਫਿਰਦੇ ਤਾਂ ਸਾਨੂੰ ਵੀ ਉਜਾੜਨਗੇ, ਵਾਹਿਗੁਰੂ। ਅਤੇ ਉਹਨੂੰ ਕਹਿ ਦਿਉ, ਜੋ ਉਹਦੇ ਲਫ਼ਜ਼ ਸੀ ਕਿ ਉਹਨੂੰ ਕਹਿ ਦਿਉ ਕਿ ਜਿੱਧਰ ਨੂੰ ਮੂੰਹ ਉੱਧਰ ਨੂੰ ਚਲੇ ਜਾਵੇ, ਅਸੀਂ ਕੋਈ ਵੀ ਸੇਵਾ ਨਹੀਂ ਕਰ ਸਕਦੇ। ਸਤਿਗੁਰਾਂ ਨੇ ਸਾਰਾ ਕੁਝ ਸੁਣ ਲਿਆ ਅਤੇ ਜਦੋਂ ਉਸ ਨੌਕਰ ਨੇ ਆ ਕੇ ਦੱਸਿਆ ਕਿ ਮਹਾਰਾਜ ਆਹ ਕੁਝ ਬੋਲਦਾ, ਗੁਰੂ ਸਾਹਿਬ ਕਹਿਣ ਲੱਗੇ ਅਸੀਂ ਸੁਣ ਲਿਆ ਸਾਰਾ ਕੁਝ। ਉੱਥੋਂ ਮਹਾਰਾਜ ਸੱਚੇ ਪਾਤਸ਼ਾਹ ਬਹਿਲੋਲਪੁਰ ਤੋਂ ਝਾੜ ਸਾਹਿਬ ਗਏ ਆ। ਚਲੋ, ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਬੜੇ ਪਿਆਰ ਨਾਲ ਬੜੇ ਤਫਸੀਲ ਨਾਲ ਆਪ ਇਤਿਹਾਸ ਸਰਵਣ ਕਰਾਇਆ। ਬਹੁਤ ਬਹੁਤ ਧੰਨਵਾਦ ਜੀ। ਸੰਗਤਾਂ ਦੇ ਜਿਸ ਤਰ੍ਹਾਂ ਮੈਂ ਤੁਹਾਡੇ ਕੋਲ ਕੁਸ਼ਚਨ ਪੁੱਛ ਰਿਹਾ ਹੈਗਾ, ਉਹਦਾ ਵੀ ਪਰਪਸ ਹੈਗਾ, ਕਿਉਂਕਿ ਜਿਸ ਵਕਤ ਆਪਾਂ ਗੁਰਦੁਆਰਾ ਸਾਹਿਬ ਵਿੱਚ ਬਹਿ ਕੇ ਕਥਾ ਸੁਣਨੇ ਹੈਗੇ ਹਾਂ ਅਤੇ ਸੰਗਤ ਸੁਣਦੀ ਹੈ ਅਤੇ ਸੰਗਤ ਸਵਾਲ ਨਹੀਂ ਪੁੱਛ ਸਕਦੀ, ਕਿਉਂਕਿ ਤੁਸੀਂ ਬੈਠੇ ਹੁੰਦੇ ਹੋ ਉੱਥੇ ਸਤਿਗੁਰਾਂ ਹਜ਼ੂਰੀ 'ਚ, ਅਤੇ ਉੱਥੇ ਬੇਅਦਬੀ ਹੈ ਕੋਈ ਪੁੱਛਣਾ ਵੀ। ਹਾਂਜੀ, ਅਤੇ ਲੋਕਾਂ ਦੇ ਮਨ 'ਚ ਕੁਛ ਉਹ ਹੁੰਦੇ ਨੇ, ਵਿਚਾਰ ਹੁੰਦੇ ਨੇ ਕਿ ਵੀ ਕਿਸ ਤਰ੍ਹਾਂ ਗੁਰੂ ਸਾਹਿਬ ਕਿੱਥੇ ਗਏ, ਅਤੇ ਇਸ ਕਰਕੇ ਮੈਂ ਤੁਹਾਡੇ ਕੋਲੋਂ ਇਹ ਸਵਾਲ ਸਾਰੇ ਪੁੱਛੇ, ਅਤੇ ਜੇ ਕੁਛ ਪੁੱਛਣ ਦੀ ਕੋਈ ਮੇਰੇ ਕੋਈ ਗਲਤੀ ਹੋਏਗੀ ਤਾਂ ਅਸੀਂ ਸਮਾਂ ਜਾ ਚੱਕੇ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।